ਘਰ ਦੇ ਵਿੱਚ ਬੰਦੀ ਬਣਾ ਕੇ ਇੱਕ ਬਜ਼ੁਰਗ ਜੋੜੇ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ 5 ਤੋਂ 6 ਹਥਿਆਰਬੰਦ ਲੁਟੇਰੇ ਰਾਤ ਨੂੰ 12 ਵਜੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਸਵੇਰੇ 4 ਵਜੇ ਤੱਕ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਜਾਂਦਾ ਹੈ। ਹਾਲਾਂਕਿ ਉਹਨਾਂ ਦੇ ਕੋਲ ਤੇਜ਼ ਧਾਰ ਹਥਿਆਰ ਹੁੰਦੇ ਨੇ ਜਿਸ ਦੇ ਦਮ ਦੇ ਉੱਤੇ ਉਹਨਾਂ ਦੇ ਘਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਕਰੀਬ 1 ਲੱਖ ਰੁਪਏ ਦੀ ਨਕਦੀ ਅਤੇ ਉਸ ਤੋਂ ਇਲਾਵਾ ਕੀਮਤੀ ਸਮਾਨ ਲੁੱਟ ਕੇ ਲੁਟੇਰੇ ਫਰਾਰ ਹੋਏ ਨੇ ਅਤੇ ਭਰੇ ਮਨ ਦੇ ਨਾਲ ਬਜ਼ੁਰਗ ਜੋੜੇ ਨੇ ਆਪਣੀ ਸਾਰੀ ਇਹ ਦਾਸਤਾਨ ਦੱਸੀ ਹੈ। ਹਾਲਾਂਕਿ ਇੰਨਾ ਹੀ ਨਹੀਂ, ਜਾਂਦੇ ਜਾਂਦੇ ਲੁਟੇਰੇ ਇਸ ਬਜ਼ੁਰਗ ਜੋੜੇ ਨੂੰ ਧਮਕੀ ਵੀ ਦੇ ਕੇ ਗਏ ਨੇ ਕਿ ਜੇਕਰ ਕਿਸੇ ਨੂੰ ਉਹਨਾਂ ਦੀ ਸ਼ਿਕਾਇਤ ਕੀਤੀ ਤਾਂ ਉਹ ਜਾਨੋਂ ਮਾਰ ਦੇਣਗੇ। ਤਾਂ ਦੱਸ ਦਈਏ ਕਿ ਤਰਨ ਤਾਰਨ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 5 ਤੋਂ 6 ਦੇ ਕਰੀਬ ਕਿਹਾ ਜਾ ਰਿਹਾ ਕਿ ਲੁਟੇਰੇ ਘਰ ਦੇ ਵਿੱਚ ਦਾਖਲ ਹੁੰਦੇ ਨੇ, ਤੇਜ਼ ਧਾਰ ਹਥਿਆਰ ਹੁੰਦੇ ਨੇ ਅਤੇ ਦਸਤਰ ਦੇ ਦਮ ਦੇ ਉੱਤੇ ਕਿਹਾ ਜਾ ਰਿਹਾ ਕਿ ਘਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 1 ਲੱਖ ਰੁਪਏ ਦੀ ਨਕਦੀ ਅਤੇ ਹੋਰ ਵੀ ਕੀਮਤੀ ਸਮਾਨ ਉਹ ਲੁੱਟ ਕੇ ਫਰਾਰ ਹੋਏ ਨੇ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਰਾਤ ਨੂੰ 12 ਵਜੇ ਉਹਨਾਂ ਦੇ ਘਰ 'ਚ ਦਾਖਲ ਹੁੰਦੇ ਨੇ ਅਤੇ ਸਵੇਰੇ 4 ਵਜੇ ਤੱਕ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਜਾਂਦਾ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਤਾਂ ਤਰਨ ਤਾਰਨ ਦੇ ਵਿੱਚ ਇਹ ਘਟਨਾ ਵਾਪਰੀ ਹੈ। ਉਹ ਆਏ ਆ ਤੇ ਸਾਨੂੰ ਦੋ ਜਣਿਆਂ ਨੂੰ ਨੱਪ ਲਿਆ ਤੇ ਫਰੋਲਾ ਫਰੋਲਾ ਹੀ ਕਰਕੇ ਤੇ ਸਾਰਾ ਕੁਛ ਲੈ ਗਏ। ਤੁਸੀਂ ਦੋਵੇਂ ਜੀ ਰਹਿੰਦੇ? ਦੋਵੇਂ ਜੀ। ਹੋਰ ਨਹੀਂ ਘਰੇ? ਨਹੀਂ, ਹੋਰ ਨਹੀਂ ਘਰ ਕੋਈ। ਤੇ ਕੋਈ ਰੌਲਾ ਨਹੀਂ ਪਾਇਆ ਤੁਸੀਂ? ਕੀ ਰੌਲਾ ਪਾਉਣ ਦਿੰਦੇ ਜਿਹਨਾਂ ਦਾ ਪਸਤੌਰ ਰੱਖੇ ਉੱਤੇ? ਕਿੰਨੇ ਜਣੇ ਸੀ ਟੋਟਲ ਉਹ? 6 ਜਣੇ। 6 ਜਣੇ ਸੀ? ਤੇ ਕਿੰਨੇ ਪੈਸੇ ਜਿਹੜੇ ਤੁਹਾਡੇ ਕੋਲ ਲੁੱਟ ਕੇ? ਪੈਸੇ 80,000 ਰੁਪਇਆ ਪਹਿਲੋਂ ਦਿੱਤਾ ਠੇਕੇ ਦਾ ਤੇ 20,000 ਰੁਪਇਆ ਆਹ ਲਾਗੋਂ ਗੁਆਂਢੀ ਤੋਂ ਲੈਣਾ ਸੀ ਉਹਨੂੰ ਬਾਸਮਤੀ ਵੇਚੀ ਉਹ ਦੇ ਕੇ ਗਿਆ। ਇਸ ਬਾਰੇ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ? ਪੁਲਿਸ ਨੂੰ ਰੰਗ ਦਿੱਤੀ। ਤੇ ਕਾਰਵਾਈ ਕੋਈ ਹੋਈ? ਕੋਈ ਪਤਾ ਨਹੀਂ, ਅਜੇ ਕੋਈ ਦੱਸਿਆ ਨਹੀਂ ਉਹਨਾਂ ਉਹਾਂ ਦੇ ਕਰਾਂਗੇ ਅੱਜ ਫਿਰ ਆਏ। ਕੀ ਮੰਗ ਕਰਦੇ ਜੀ ਹੁਣ? ਮੰਗ ਕਰਦੇ ਅਸੀਂ ਆਉਣਾ ਸਾਡਾ ਮੋੜਾ ਵੇ ਤਾਂ ਚੰਗਾ ਹੀ ਆ ਕੰਮ। ਸੁਣਨ ਮਿਲਿਆ ਕਿ ਤੁਹਾਨੂੰ ਜਾਨੋਂ ਮਾਰਨੀਆਂ ਧਮਕੀਆਂ ਦੇ ਗਏ? ਧਮਕੀਆਂ ਦੇ ਕੇ ਗਏ ਆਉਂਦੇ, ਜੇ ਕਿਸੇ ਕੋਲ ਗੱਲ ਕੀਤੀ ਤਾਂ ਅਸੀਂ ਮਾਰ ਜਾਵਾਂਗੇ ਆਣ ਕੇ। ਹਾਂਜੀ, ਕੀ ਮੰਗ ਕਰੋਗੇ ਹੁਣ? ਫਿਰ ਮੰਗ ਅਸੀਂ ਆਉਣੇ, ਸਾਡਾ ਮੋੜਾ ਵੇ ਸਮਾਨ ਤੇ ਇੰਨਾ ਹੀ ਬੜਾ ਅਸੀਂ ਕਿਸੇ ਨੂੰ ਪੁੱਤ ਦੋਵੇਂ ਰਹਿੰਦੇ ਆ ਘਰ ਤੇ ਉਹ ਆਏ ਨੇ, ਮੈਂ ਪੁੱਤ ਬੂਆ ਲਾਇਆ। ਕਿਦਾਂ ਦੀ ਗੱਲ ਆਏ? ਕਿਦਾਂ ਦੀ ਆ ਇਹ? ਕੱਲ ਰਾਤ ਦੀ। ਕਿੰਨਾ ਕੁ ਟਾਈਮ ਸੀ? 10-12 ਦਾ ਟਾਈਮ ਹੈਗਾ ਸੀ। ਪੁੱਤ ਕੋਈ 2-4 ਮਿੰਟਾਂ ਦਾ ਫਰਕ ਹੋਊਗਾ ਉਧਰ ਉਧਰ ਹੀ ਤੇ ਪੁੱਤ ਬਾਬੇ ਬੋਲਦੇ ਜਦੋਂ ਉਹ ਗਏ ਇੰਨਾ ਚਿਰ ਉਹ ਸਾਡੇ ਘਰ ਰਹੇ। ਤੁਹਾਨੂੰ ਬੰਦਕ ਬਣਾ ਕੇ ਰੱਖਿਆ ਉਹਨਾਂ ਨੇ? ਉਹਨਾਂ ਨੇ ਪੁੱਤ ਸਾਨੂੰ ਐ ਮੰਜੇ ਦੇ ਉੱਤੇ ਅਸੀਂ ਇਸ ਤਰ੍ਹਾਂ ਬੈਠੇ ਆ, ਇੱਕ ਨੇ ਮੇਰੇ ਐ ਰੱਖ ਛੱਡੀ ਆ। ਕੀ ਰੱਖਿਆ? ਕੀ ਸੀ? ਪਿਸਤੌਲ ਪੁੱਤ। ਅੱਛਾ, ਇੱਕ ਇਹਨਾਂ ਦੇ ਰੱਖ ਛੱਡਿਆ, ਆਡੇ ਆਡੇ ਡੰਡੇ ਉਹਨਾਂ ਦੇ ਹੱਥ 'ਚ ਉਹ ਆਏ ਉਹਨਾਂ ਨੇ ਰੱਖੇ। ਕਿੰਨੇ ਜਾਣੇ ਸੀ ਟੋਟਲ? ਉਹ ਟੋਟਲ 6 ਜਾਣੇ ਸੀ। ਅੱਛਾ, ਕਿੰਨੇ ਕੁ ਚਿਰ ਤੁਹਾਨੂੰ ਬੰਦਕ ਬਣਾ ਛੱਡਿਆ ਉਹਨਾਂ ਨੇ? ਉਹ ਪੁੱਤ 4 ਵਜੇ ਜਦੋਂ ਬਾਬੇ ਬੋਲੇ ਉਦੋਂ ਗਏ ਤੇ ਮੁੜ ਕੇ ਅਸੀਂ ਉੱਥੇ ਹਿੱਲੇ, ਸਾਨੂੰ ਤਾਂ ਉਹਨਾਂ ਹਿੱਲਣ ਹੀ ਨਹੀਂ ਨਾ ਦਿੱਤਾ। ਤੇ ਕਿਹੜੀ ਕਿਹੜੀ ਚੀਜ਼ ਤੁਹਾਡੇ ਘਰੋਂ ਲੈ ਗਏ? ਸਾਡੇ ਘਰੋਂ ਪੁੱਤ ਘਿਓਆਂ ਤਾਂ ਹੀ ਲੈ ਗਏ, ਖੰਡ ਤਾਂ ਹੀ ਲੈ ਗਏ, ਦਾਲਾਂ ਲੈ ਗਏ, ਸਾਬਣ ਤਾਂ ਹੀ ਲੈ ਗਏ। ਪੁੱਤ ਕੋਈ ਉਹਨਾਂ ਭਾਂਡਾ ਨਹੀਂ ਛੱਡਿਆ, ਕੋਈ ਉਹਨਾਂ ਨੇ ਲੀੜਾ ਨਹੀਂ ਗਾ ਛੱਡਿਆ। ਪੈਸੇ ਕਿੰਨੇ ਖੜੇ ਉਹਨਾਂ ਨੇ? ਪੈਸੇ 1,00,000 ਰੁਪਇਆ ਖੜਿਆ। ਮੈਂ 80,000 ਰੁਪਇਆ ਠੇਕੇ ਦਾ ਆਪਦੀ ਜ਼ਮੀਨ ਦਾ ਲਿਆ ਸੀ ਤੇ 20,000 ਰੁਪਇਆ ਮੈਂ ਆੜਤਕੇ ਤੋਂ ਲਿਆ, ਬਾਸਮਤੀ ਅਸੀਂ ਪੁੱਤ ਵੇਚੀ ਸੀ।
ਦੇਖੋ ਜੀ ਜਰਨੈਲ ਸਿੰਘ ਇੱਥੋਂ ਜਿਹੜਾ ਨੈਸ਼ਨਲ ਹਾਈਵੇ ਇੱਥੋਂ 10-15 ਕਿਲੇ ਦੂਰ ਬਹਿਤਰੀ ਦੇ ਬਜ਼ੁਰਗ ਜੋੜਾ ਜਰਨੈਲ ਸਿੰਘ ਦੀ ਵਾਈਫ ਚਾਰ ਬੇਟੀਆਂ ਵਿਚਾਰੇ ਵਿਆਹੀਆਂ ਵਾ ਅਤੇ ਰਾਤ 12 ਵਜੇ ਬੰਦੇ ਆਏ ਉਹਨਾਂ ਨੂੰ ਬੰਦੀ ਬਣਾ ਕੇ ਘਰੋਂ 1,00,000 ਰੁਪਇਆ ਹੋਰ ਸਮਾਨ ਨਾਲ ਲੈ ਗਏ ਲੁੱਟ ਕੇ ਉਹਦੇ ਬੰਦੀ ਮੌਕੇ ਜਾ ਕੇ ਉਹਨਾਂ ਦਾ ਬਿਆਨ ਦੇ ਕੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਹਰ ਤਰੀਕੇ ਨਾਲ ਹਰ ਐਂਗਲ ਤੋਂ ਜਿਹੜੀ ਤਫਤੀਸ਼ ਕੀਤੀ ਜਾ ਰਹੀ ਆ ਇਲੈਕਟ੍ਰੋਨਿਕ ਤਰੀਕੇ ਨਾਲ ਡੈਂਪ ਵੀ ਚੁਕਾਇਆ ਗਿਆ ਡੋਜ਼ ਕਾਰਡ ਮੰਗਾਇਆ ਗਿਆ ਫਿੰਗਰ ਪ੍ਰਿੰਟ ਚੁਕਾਇਆ ਗਿਆ ਅਤੇ ਜਿਹੜੀ ਆ ਤਫਤੀਸ਼ ਪੂਰੀ ਡੰਗਾਈ ਨਾਲ ਕੀਤੀ ਜਾ ਰਹੀ ਆ ਤੁਰੰਤ ਜਿਹੜੀ ਆ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਤਲਾਸ਼ ਸਰ ਕੋਈ ਸੱਟ ਪਿੱਟ ਵੀ ਲੱਗੀ ਬਜ਼ੁਰਗ ਜੁੜੇ ਨਹੀਂ ਉਹਨਾਂ ਦੇ ਸੱਟ ਜ਼ਿਆਦਾ ਤੌਰ 'ਤੇ ਨਹੀਂ ਗਈ ਪਰ ਉਹਨਾਂ ਨੂੰ ਡਰਾਇਆ ਧਮਕਾਇਆ ਚੁੱਕਿਆ ਵੀ ਮੇਰਾ ਗਲ ਵੀ ਕੁੱਟਿਆ ਮੇਰੀ ਵਾਈਫ ਦਾ ਉਦੋਂ ਬਾਅਦ ਹੀ ਪਛਾਣ ਕੋਈ ਨਹੀਂ ਸੀਗਾ ਜੀ ਹੁਣ ਤੱਕ ਸਰ ਕੋਈ ਪਤਾ ਲੱਗਾ ਅਜੇ ਤੱਕ ਤਾਂ ਕੋਈ ਨਹੀਂ ਪਰ ਹਰ ਐਂਗਲ ਤੋਂ ਤਫਤੀਸ਼ ਕੀਤੀ ਜਾ ਰਹੀ ਹੈ ਸਰ ਅਗਲੀ ਕੀ ਅਮਲ 'ਚ ਕੀ ਕਾਰਵਾਈ ਕੀਤੀ ਜਾ ਰਹੀ ਦੇਖੋ ਜੀ ਐਫ ਆਈ ਆਰ ਦਰਜ ਕਰ ਦਿੱਤੀ ਆ ਜਰਨੈਲ ਸਿੰਘ ਦੇ ਬਿਆਨ 'ਤੇ ਜਿਹੜੀ ਆ ਇਲੈਕਟ੍ਰੋਨਿਕ ਤਰੀਕੇ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਡੈਂਪ ਚੁਕਾ ਗਈ ਉਹਦੇ ਕਾਲਜ ਡੇਟ ਸਾਰਾ ਸਾਰੇ ਬੰਦੇ